ਚਾਹੇ ਗੂਗਲ ਹੋਵੇ, ਚਾਹੇ ਫੇਸਬੁੱਕ ਵਾਲਾ ਆਪਣਾ ਮਾਰਕ ਜ਼ਕਰਬਰਗ ਹੋਵੇ, ਇਹਨਾਂ ਦੀ ਜਾਂ ਹੋਰ ਬੜੀਆਂ ਕੰਪਨੀਆਂ ਹੋਣ, ਇਹਨਾਂ ਦੀ ਇਨਵੈਸਟਮੈਂਟ ਆ। ਸੋ ਉਸ ਇਨਵੈਸਟਮੈਂਟ ਨੂੰ ਵੀ ਗਵਰਨਮੈਂਟ ਨੇ ਸਿਕਿਓਰ ਰੱਖਣਾ। ਇਹ 'ਚ ਗੱਲ ਇਹ ਕਹਿਣ ਵਾਲੀ ਆ ਵੀ ਇਸ ਨਿਊ ਵਰਲਡ ਜਿਹੜਾ ਆਰਡਰ ਆ ਜਾਂ ਇੱਕ ਵਹਿਣ ਵਹਿ ਰਿਹਾ ਜਿਹੜਾ ਵਰਲਡ ਦੀ ਇਕੋਨਮੀ ਦਾ ਜਾਂ ਇੱਕ ਉਹਨਾਂ ਦੀ ਫਿਲੋਸਫੀ ਦਾ, ਉਸ ਵਹਿਣ ਦੇ ਖਿਲਾਫ ਪੰਜਾਬ ਖੜਾ ਹੋ ਗਿਆ। ਸੋ ਇਹ ਲੜਾਈ ਪੰਜਾਬ ਲੜ ਰਿਹਾ, ਸਾਰੀ ਦੁਨੀਆ ਦੇ ਖਿਲਾਫ ਲੜ ਰਿਹਾ। ਸਤਿ ਸ਼੍ਰੀ ਅਕਾਲ ਜੀ, ਆਸ ਕਰਦੇ ਹਾਂ ਤੁਸੀਂ ਤੰਦਰੁਸਤ ਠੀਕ ਠਾਕ ਹੋਵੋਗੇ। ਗੱਲ ਬੜੀ ਸੀਰੀਅਸ ਆ ਅਤੇ ਇਸ ਕਰਕੇ ਕਰ ਰਹੇ ਹਾਂ, ਇਸ ਕਰਕੇ ਪਹਿਲਾਂ ਵਾ ਜਿਹੜਾ ਆਪਣਾ ਲਾਈਵ ਸੈਸ਼ਨ ਸੀ ਉਹਨੂੰ ਡਿਲੀਟ ਵੀ ਕੀਤਾ, ਕਿਉਂਕਿ ਸੀਰੀਅਸ ਗੱਲ ਇੱਕ ਸੀਰੀਅਸ ਨੋਟ 'ਤੇ ਹੋਣੀ ਚਾਹੀਦੀ ਆ। ਸੋ ਗੱਲ ਆਈ ਆ ਵੀ ਪਹਿਲਾਂ ਤਾਂ ਆਪਾਂ ਇੱਕ ਬਿਆਨ ਨੂੰ ਸਮਝੀਏ ਔਰ ਉਹਨਾਂ ਨੂੰ ਡੀਕੋਡੀਫਾਈ ਕਰੀਏ। ਪਹਿਲਾ ਬਿਆਨ ਅਮਿਤ ਸ਼ਾਹ ਦਾ ਆਇਆ, ਉਹਨਾਂ ਨੇ ਕਿਹਾ ਵੀ ਜਿਹੜੇ ਬੱਚੇ ਆ, ਬਜ਼ੁਰਗ ਆ, ਸਾਡੀਆਂ ਬੀਬੀਆਂ, ਉਹਨੂੰ ਕੁੰਡਲੀ ਤੋਂ ਵਾਪਸ ਘਰ ਭੇਜ ਦਿੱਤਾ ਜਾਵੇ। ਦੇਖੋ ਸਰਕਾਰ ਚਾਹ ਕੀ ਰਹੀ ਆ ਉਹਨਾਂ ਦੇ ਪਿੱਛੇ, ਹਾਂ ਬਾਪੂ ਇੱਕ ਮਿੰਟ, ਆਏ ਜੀ, ਉਹਨਾਂ ਦੇ ਪਿੱਛੇ ਜਿਹੜੀ ਸਾਰੀ ਕੌਨਸਪਿਰੇਸੀ ਚੱਲ ਰਹੀ ਆ ਜਾਂ ਉਹਨਾਂ ਦੀ ਦਿਮਾਗ 'ਚ ਜੋ ਘਾੜਤ ਘੜ ਰਹੇ ਆ, ਉਹ ਕੀ ਚਾਹ ਰਹੀ ਆ ਉਹ ਤਾਂ ਉਹਨਾਂ ਨੂੰ ਹੀ ਪਤਾ, ਪਰ ਆਪਾਂ ਉਹਨਾਂ ਦੀਆਂ ਬਿਆਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਰਕਾਰ ਇੱਕ ਬਹੁਤ ਜਿਹੜੇ ਔਖੇ ਮੋੜ 'ਤੇ ਆ ਕੇ ਫਸ ਗਈ ਆ ਉਹ, ਇਸ ਕਰਕੇ ਕਿਉਂਕਿ ਇੱਕ ਤਾਂ ਉਹਨਾਂ ਦੀ ਪੋਲੀਟੀਕਲ ਆਈਡੀਓਲੋਜੀ ਆ ਜਿਹੜੀ, ਉਹਦੇ ਖਿਲਾਫ ਗੱਲ ਹੋ ਰਹੀ ਆ, ਅਤੇ ਫਿਰ ਉਹਨਾਂ ਦੀ ਇਕਨੋਮਿਕਲ ਜਿਹੜਾ ਸਟੈਂਡ ਆ ਜਾਂ ਇਕੋਨਮੀ ਨੂੰ ਲੈ ਕੇ ਜਿਹੜਾ ਸਟੈਂਡ ਆ ਜਾਂ ਆਈਡੀਓਲੋਜੀ ਆ ਉਹਦੇ ਖਿਲਾਫ ਗੱਲ ਹੋ ਰਹੀ ਆ। ਅਗਲੀ ਗੱਲ ਖੇਤੀਬਾੜੀ ਮੰਤਰੀ ਦਾ ਬਿਆਨ ਆਉਂਦਾ ਜਾਂ ਉਹ ਕਿਸਾਨ ਜਥੇਬੰਦੀਆਂ ਨੂੰ ਉਸ ਮੀਟਿੰਗ 'ਚ ਇਹ ਗੱਲ ਕਹਿੰਦੇ ਆ ਵੀ ਫਿਰ ਤਾਂ ਜੇ ਮੈਂ ਇਹਨਾਂ ਬਿੱਲਾਂ ਨੂੰ ਵਾਪਸ ਲੈ ਲਿਆ ਤਾਂ ਮੇਰੇ ਖਿਲਾਫ ਅਬਾਨੀ ਅਤੇ ਅੰਦਾਨੀ ਇਹ ਧਰਨੇ ਲਾ ਦੇਣਗੇ। ਸੋਚੋ ਤੁਸੀਂ ਇਹ ਕਾਰਪੋਰੇਟ ਵਰਲਡ ਦਾ ਕਿੰਨਾ ਜ਼ਿਆਦਾ ਇਹਨਾਂ ਦੀ ਦਖਲ ਅੰਦਾਜ਼ੀ ਆ ਸਰਕਾਰ ਦੇ ਸਾਰੇ ਤਾਣੇ ਪਾਣੇ 'ਚ, ਉਹਨਾਂ ਦੀ ਬਣਤਰ 'ਚ। ਸੋ ਇਸ ਕਰਕੇ ਇਹ ਬਿਆਨਾਂ ਤੋਂ ਸਾਨੂੰ ਬਹੁਤ ਕੁਝ ਸਮਝਣ ਨੂੰ ਮਿਲ ਜਾਂਦਾ ਅਤੇ ਉਹ ਕਿੱਥੇ ਖੜ੍ਹੇ ਆ, ਚਾਹੁੰਦੇ ਕੀ ਆ ਅਤੇ ਸਾਡੀ ਲੜਾਈ ਕੀ ਬਣ ਰਹੀ ਆ। ਸਾਡੀ ਲੜਾਈ ਜਿਹੜੀ ਬਣ ਰਹੀ ਆ ਉਹ ਜਿਹੜਾ ਨਿਊ ਵਰਲਡ ਆਰਡਰ ਆ ਉਹਦੇ ਅਗੇਂਸਟ ਬਣ ਰਹੀ ਆ। ਨਿਊ ਵਰਲਡ ਆਰਡਰ ਕੀ ਆ? ਨਿਊ ਵਰਲਡ ਆਰਡਰ ਇੱਕ ਜਿਹੜਾ ਫਾਈਨੈਂਸ ਸੈਕਟਰ ਦਾ ਅਤੇ ਇੱਕ ਕਾਰਪੋਰੇਟ ਸੈਕਟਰ ਦਾ ਜਿਹੜਾ ਕੈਪੀਟਲਿਜ਼ਮ ਆ, ਪ੍ਰਾਈਵੇਟ ਕੈਪੀਟਲਿਜ਼ਮ ਜਿਹਨੂੰ ਕਹਿ ਸਕਦੇ ਹਾਂ, ਉਹਨੂੰ ਪ੍ਰਮੋਟ ਕਰ ਰਿਹਾ। ਸਾਰੀ ਦੁਨੀਆ ਉਹਨੂੰ ਪ੍ਰਮੋਟ ਕਰ ਰਹੀ ਆ। ਇੰਡੀਆ 'ਚ ਵੱਡੀਆਂ ਵੱਡੀਆਂ ਕੰਪਨੀਆਂ ਦੇ ਜਿਹੜੇ ਇਨਵੈਸਟਮੈਂਟਸ ਆ ਇੰਡੀਅਨ ਇਕੋਨਮੀ 'ਚ, ਉਹ ਚਾਹੇ ਗੂਗਲ ਹੋਵੇ, ਚਾਹੇ ਫੇਸਬੁੱਕ ਵਾਲਾ ਆਪਣਾ ਮਾਰਕ ਜ਼ਕਰਬਰਗ ਹੋਵੇ, ਇਹਨਾਂ ਦੀ ਜਾਂ ਹੋਰ ਬੜੀਆਂ ਕੰਪਨੀਆਂ ਹੋਣ, ਇਹਨਾਂ ਦੀ ਇਨਵੈਸਟਮੈਂਟ ਆ। ਸੋ ਉਸ ਇਨਵੈਸਟਮੈਂਟ ਨੂੰ ਵੀ ਗਵਰਨਮੈਂਟ ਨੇ ਸਿਕਿਓਰ ਰੱਖਣਾ। ਇਸ ਕਰਕੇ ਤੁਸੀਂ ਦੇਖੋ ਇਹਨੂੰ ਬਾਅਦ 'ਚ ਪੂਰਾ ਮੈਂ ਆਪਣਾ ਜਿਹੜਾ ਨੈਰੇਟਿਵ ਆ ਜਾਂ ਆਪਾਂ ਗਾਂਹ ਕਿਵੇਂ ਤੁਰਨਾ ਇਹਨੂੰ ਬਾਅਦ 'ਚ ਆਪਾਂ ਸੰਖੇਪ 'ਚ ਜਾਂ ਵਿਸਥਾਰ 'ਚ ਇਹਨੂੰ ਆਪਾਂ ਡਿਸਕਸ ਕਰਾਂਗੇ, ਪਰ ਇੱਕ ਸੰਖੇਪ 'ਚ ਗੱਲ ਇਹ ਕਹਿਣ ਵਾਲੀ ਆ ਵੀ ਇਸ ਨਿਊ ਵਰਲਡ ਜਿਹੜਾ ਆਰਡਰ ਆ ਜਾਂ ਇੱਕ ਵਹਿਣ ਵਹਿ ਰਿਹਾ ਜਿਹੜਾ ਵਰਲਡ ਦੀ ਇਕੋਨਮੀ ਦਾ ਜਾਂ ਇੱਕ ਉਹਨਾਂ ਦੀ ਫਿਲੋਸਫੀ ਦਾ, ਉਸ ਵਹਿਣ ਦੇ ਖਿਲਾਫ ਪੰਜਾਬ ਖੜਾ ਹੋ ਗਿਆ। ਸੋ ਇਹ ਲੜਾਈ ਪੰਜਾਬ ਲੜ ਰਿਹਾ, ਸਾਰੀ ਦੁਨੀਆ ਦੇ ਖਿਲਾਫ ਲੜ ਰਿਹਾ। ਇੱਥੇ ਇਕੱਲੀ ਜਿਹੜੀ ਦਿੱਲੀ ਸਰਕਾਰ ਤੱਕ ਅਸੀਂ ਸੀਮਤ ਨਹੀਂ ਰਹੇ ਜਾਂ ਬੀਜੇਪੀ ਜਾਂ RSS ਤੱਕ ਸੀਮਤ ਨਹੀਂ ਰਹੇ, ਗੱਲ ਵੱਡੀ ਆ। ਐਨੀਵੇਜ਼ ਇਹ ਤੋਂ ਆਪਾਂ ਵਾਪਸ ਆਉਂਦੇ ਹਾਂ। ਹੁਣ ਅਮਿਤ ਸ਼ਾਹ ਉਹਨਾਂ ਨੇ ਬਿਆਨ ਦਿੱਤਾ ਵੀ ਇੱਥੋਂ ਬੀਬੀਆਂ, ਬੱਚੇ, ਬਜ਼ੁਰਗ ਵਾਪਸ ਭੇਜ ਦਿਓ। ਦੇਖੋ ਜੇ ਉਹ ਇਹ ਸੋਚ ਰਹੇ ਆ ਵੀ ਕ੍ਰੈਕ ਡਾਊਨ ਕਰਨਾ, ਕਿਉਂਕਿ ਸਾਡੇ ਦੁਸ਼ਮਣ ਨੇ ਤਾਂ ਸਾਡੇ ਖਿਲਾਫ ਹੀ ਬਿਆਨ ਦੇਣਾ ਹੁੰਦਾ। ਸੋ ਸਾਨੂੰ ਚਾਹੀਦਾ ਵੀ ਅਸੀਂ ਇੱਥੇ ਹੋਰ ਆਪਦੇ ਬੰਦੇ, ਜਿਹੜੀ ਸਾਡੀ ਅੱਜ ਦੀ ਸਟਰੈਂਥ ਤਾਂ ਸਾਡੇ ਬੰਦੇ ਹੀ ਆ, ਪਹਿਲੀ ਸਟਰੈਂਥ ਸਾਡੇ ਬੰਦੇ ਆ, ਅਤੇ ਦੂਜੀ ਸਟਰੈਂਥ ਇਹ ਆ ਵੀ ਸਾਡਾ ਅਸੀਂ ਆਪਦਾ ਬਿਰਤਾਂਤ ਕੀ ਸਿਰਜਦੇ ਹਾਂ, ਨੈਰੇਟਿਵ ਕੀ ਸਿਰਜਦੇ ਹਾਂ, ਉਹਦੀ ਐਕਸੈਪਟੇਬਿਲਿਟੀ ਕਿੰਨੀ ਕਾ ਦੁਨੀਆ 'ਤੇ। ਸੋ ਦੂਜੀ ਸਟਰੈਂਥ ਸਾਡੀ ਉਹ ਆ ਜਿਹੜੀ ਸਾਨੂੰ ਨਾਲ ਨਾਲ ਉਹ ਵੀ ਜਾਰੀ ਰੱਖਣਾ ਚਾਹੀਦਾ। ਸੋ ਪਹਿਲਾਂ ਤਾਂ ਸਾਡੇ ਬੰਦੇ ਇੱਥੇ ਇਕੱਠੇ ਕਰ ਗਏ ਆਪਾਂ, ਅਤੇ ਸ਼ੰਭੂ ਮੋਰਚੇ ਵਾਲੇ, ਸਾਰੇ ਸ਼ੰਭੂ ਮੋਰਚੇ ਵਾਲੇ, ਸਾਡੀ ਜਿਹੜੀ ਟੀਮ ਆ, ਸਾਡੇ ਬੰਦੇ ਆ, ਉਹਨਾਂ ਨੂੰ ਵੀ ਮੈਂ ਅਪੀਲ ਕਰਦਾ ਵੀ ਬਾਈ ਜੀ ਸਾਰੇ ਇੱਥੇ ਆ ਜਾਓ, ਆਪਣਾ ਜਿਹੜਾ ਟੈਂਟ ਆ ਉੱਥੇ, ਉਹ ਸਾਰਾ
ਜਿਹੜਾ ਤਾਣਾ ਬਾਣਾ ਉਹ ਸ਼ਿਫਟ ਕਰ ਰਹੇ ਹਾਂ ਅਤੇ ਉਹਨੂੰ ਸਾਰਾ ਕੁੰਡਲੀ ਬਾਰਡਰ 'ਤੇ ਲੈ ਕੇ ਆ ਰਹੇ ਹਾਂ ਕਿਉਂਕਿ ਇੱਥੇ ਸਾਡੀ ਜ਼ਿਆਦਾ ਜ਼ਰੂਰਤ ਆ ਅਤੇ ਜੇ ਉਹ ਇੱਥੇ ਅਸੀਂ ਨਹੀਂ ਆਏ ਕੱਲ੍ਹ ਨੂੰ ਉੱਥੇ ਡਿਸਟਰਬ ਹੁੰਦੇ ਹਾਂ ਕਿਸੇ ਕਿਸੇ ਵੀ ਮੰਨ ਲਓ ਵਰਤਾਰੇ 'ਚ ਤਾਂ ਸਾਡੇ ਖਿਲਾਫ ਵੀ ਇਹ ਗੱਲ ਕਹਿ ਦਿੱਤੀ ਜਾਊਗੀ ਵੀ ਦੇਖੋ ਇਹ ਡਿਫਲੈਕਟ ਕਰ ਰਹੇ ਆ ਮੂਵਮੈਂਟ ਸੋ ਇਸ ਵੇਲੇ ਤਾਂ ਸਾਨੂੰ ਇੱਕ ਏਕਾ ਰੱਖਣਾ ਪਊਗਾ ਇੱਥੇ ਹੀ ਇਕੱਠੇ ਹੋ ਕੇ ਲੜਨਾ ਪਊਗਾ ਕਿਸਾਨ ਜਥੇਬੰਦੀਆਂ ਅਗਵਾਹੀ ਹਜੇ ਤੱਕ ਲੋਕਾਂ ਦੇ ਜਿਹੜੇ ਜਜ਼ਬਾਤ ਆ ਉਹਨਾਂ ਦੀ ਤਰਜਮਾਨੀ ਕਰ ਰਹੀਆਂ ਜਦੋਂ ਤੱਕ ਉਹ ਤਰਜਮਾਨੀ ਕਰਦੀਆਂ ਰਹਿਣਗੀਆਂ ਆਪਾਂ ਵੀ ਨਾਲ ਖੜ੍ਹੇ ਹਾਂ ਜਦੋਂ ਉਹ ਸੱਚ ਤੋਂ ਪਾਸੇ ਹਟੇ ਸੋ ਉਸ ਵੇਲੇ ਫਿਰ ਆਪਣੀ ਅਗਲੀ ਕੌਲ ਕੀ ਹੁੰਦੀ ਹੈ ਇਹ ਆਪਾਂ ਇਕੱਠੇ ਬਹਿ ਕੇ ਸਾਰੀ ਸੰਗਤ ਕਿਉਂਕਿ ਮੋਰਚਾ ਸੰਗਤ ਦਾ ਮੋਰਚਾ ਸੀ ਉਹ ਲੈ ਲਾਂਗੇ ਸੋ ਇੱਕ ਤਾਂ ਗੱਲ ਇਹ ਆ ਅਗਲੀ ਗੱਲ ਜਿਹੜੀ ਆਪਾਂ ਕਰ ਰਹੇ ਹਾਂ ਵਿਚ ਇਜ਼ ਵੈਰੀ ਵੈਰੀ ਇੰਪੋਰਟੈਂਟ ਇਹਨੂੰ ਆਪਾਂ ਸਮਝ ਲਈਏ ਵੀ ਇਹ ਲੜਾਈ ਇੱਕ ਬਹੁਤ ਹੀ ਸੀਰੀਅਸ ਮੋੜ 'ਤੇ ਆ ਚੁੱਕੀ ਆ ਸਿਚੁਏਸ਼ਨ ਬੜੀ ਵੋਲਟਾਈਲ ਅਤੇ ਬੜੀ ਬੜੀ ਗ੍ਰੇਵ ਸਿਚੁਏਸ਼ਨ ਆ ਹੈ ਨਾ ਇਹਨੂੰ ਇਹਨੂੰ ਜੇ ਸੋਚਣਾ ਪਹਿਲਾਂ ਤਾਂ ਬੜੇ ਸਾਨੂੰ ਸਮਝਦਾਰੀ ਨਾਲ ਇਹ ਸਾਰੀ ਸਿਚੁਏਸ਼ਨ ਨੂੰ ਅਸੈਸ ਕਰਨਾ ਪਊਗਾ ਐਨਾਲਾਈਜ਼ ਕਰਨਾ ਪਊਗਾ ਫਿਰ ਅਗਲੀ ਰਣਨੀਤੀ ਘੜਨੀ ਪਊਗੀ ਸੋ ਵਿਦ ਇਨ ਦਾ ਸਟਰਗਲ ਹੀ ਜੇ ਅਸੀਂ ਗੱਲ ਕਰੀਏ ਵਿਦ ਇਨ ਦਾ ਸਟਰਗਲ ਇੱਥੇ ਜਿਹੜੀ ਸਾਰੇ ਸੰਘਰਸ਼ੀ ਧਿਰ ਆ ਉੱਥੇ ਵੀ ਇੱਕ ਬਾਈਨਰੀਜ਼ ਕ੍ਰੀਏਟ ਹੁੰਦੀਆਂ ਜਾ ਰਹੀਆਂ ਅਤੇ ਉਹਨੂੰ ਆਪਾਂ ਉਹਨੂੰ ਵੀ ਐਡਰੈਸ ਕਰਨਾ ਇਹ ਨੈਚੁਰਲ ਪ੍ਰੋਸੈਸ ਆ ਇਹਦੇ 'ਚ ਕੋਈ ਕੋਈ ਕੁਛ ਇਹ ਪ੍ਰੋਸੈਸ ਇਹ ਨਹੀਂ ਵੀ ਕੋਈ ਅਸੀਂ ਜਿਹੜੀ ਗੱਲ ਸੋਚ ਨਹੀਂ ਸਕਦੇ ਉਹ ਉਹ ਵਾਪਰ ਰਹੀ ਆ ਇੱਥੇ ਬਾਈਨਰੀਜ਼ ਜਿਹੜੀਆਂ ਕ੍ਰੀਏਟ ਹੋਈਆਂ ਉਹ ਵਿਚਾਰਧਾਰਕ ਹੋਣਗੀਆਂ ਹੀ ਹੋਣਗੀਆਂ ਕਿਉਂਕਿ ਸੰਘਰਸ਼ ਕਦੀ ਵੀ ਇੱਕ ਵਹਿਣ 'ਚ ਬਹਿ ਕੇ ਨਹੀਂ ਲੜਿਆ ਜਾਂਦਾ ਜੇ ਇੱਕ ਵਹਿਣ 'ਚ ਕਦੇ ਵੀ ਨਹੀਂ ਲੜਿਆ ਗਿਆ ਡਿਫਰੈਂਟ ਡਿਫਰੈਂਟ ਆਈਡੀਓਲੋਜੀਜ਼ ਵਿਚਾਰਧਾਰਾ ਹੁੰਦੀਆਂ ਸੰਘਰਸ਼ ਮਕਸਦ ਇੱਕੋ ਹੀ ਹੁੰਦਾ ਸੋ ਪਰ ਉਹ ਸਾਡੀ ਰਣਨੀਤੀ ਕਿਵੇਂ ਘੜੀਏ ਸਾਡਾ ਜਿਹੜਾ ਸੋਰਸ ਆ ਰਣਨੀਤੀ ਬਣਾਉਣ ਦਾ ਜਾਂ ਸਾਡਾ ਜਿੱਥੋਂ ਸਾਨੂੰ ਇੰਸਪੀਰੇਸ਼ਨ ਮਿਲਦੀ ਆ ਉਹ ਸਾਂਝਾ ਹੈਗਾ ਕਿ ਨਹੀਂ ਇਹ ਗੱਲਾਂ ਵੀ ਬੜੀਆਂ ਮਾਇਨੇ ਰੱਖਦੀਆਂ ਸੋ ਤੁਹਾਨੂੰ ਹਜੇ ਗੱਲਾਂ ਇਹ ਜਦੋਂ ਮੈਂ ਸੰਖੇਪ 'ਚ ਕਰੂੰਗਾ ਹੋ ਸਕਦਾ ਇੱਕ ਵਾਰ 'ਚ ਇਹ ਗੱਲਾਂ ਨਾ ਪਤਾ ਲੱਗਣ ਪਰ ਮੇਰਾ ਦੱਸਣ ਦਾ ਮਕਸਦ ਇਹ ਸੀ ਪਹਿਲਾ ਮਕਸਦ ਆ ਵੀ ਅਸੀਂ ਕਾਰਪੋਰੇਟ ਵਰਲਡ ਜਿਹੜਾ ਵਰਲਡ ਦਾ ਦੁਨੀਆ ਦਾ ਕਾਰਪੋਰੇਟ ਵਰਲਡ ਆ ਨਾ ਉਹਦੇ ਖਿਲਾਫ ਲੜਾਈ ਲੜ ਰਹੇ ਹਾਂ ਸਰਕਾਰਾਂ ਦੇ ਖਿਲਾਫ ਲੜਾਈ ਲੜ ਰਹੇ ਹਾਂ ਅਤੇ ਇਕੱਲਾ ਪੰਜਾਬ ਲੜ ਰਿਹਾ ਠੀਕ ਆ ਹਰਿਆਣਾ ਸਾਡੇ ਨਾਲ ਆ ਠੀਕ ਆ ਬਾਕੀ ਜਿਹੜੇ ਸੂਬੇ ਆ ਸਾਡੇ ਨਾਲ ਆ ਪਰ ਉਹਨਾਂ ਦਾ ਅਤੇ ਸਾਡਾ ਫਰਕ ਕੀ ਆ ਇੱਥੇ ਇਹ ਵੀ ਸਮਝਣ ਵਾਲੀ ਗੱਲ ਆ ਵੀ ਸਾਡਾ ਅਤੇ ਉਹਨਾਂ ਦਾ ਫਰਕ ਕੀ ਆ ਔਰ ਇਹ ਗੱਲ ਆਉਣ ਵਾਲੇ ਟਾਈਮ 'ਚ ਆਪਾਂ ਕਰਾਂਗੇ ਹਾਲਾਂਕਿ ਸਾਰੇ ਇਕੱਠੇ ਹੀ ਹਾਂ ਪਰ ਇਹ ਗੱਲ ਆਪਾਂ ਕਰਾਂਗੇ ਸੰਘਰਸ਼ 'ਚ ਇਕੱਠੇ ਹਾਂ ਪਰ ਥੋੜ੍ਹਾ ਜਿਹਾ ਫਰਕ ਕਿੱਥੇ ਪੈਂਦਾ ਆ ਕੇ ਅਗਲੀ ਗੱਲ ਜਿਹੜੀ ਆਪਾਂ ਕਰਨੀ ਸੀ ਵੀ ਪਹਿਲਾਂ ਤਾਂ ਇੱਥੇ ਇਕੱਠੇ ਹੋ ਜਾਈਏ ਸਾਡੀ ਤਾਕਤ ਹੀ ਇਹ ਆ ਤਾਂ ਸ਼ੰਭੂ ਮੋਰਚੇ ਵਾਲੇ ਸਾਰੇ ਇੱਥੇ ਆ ਜਾਣ ਬਾਕੀ ਵੀ ਜਿਹੜੇ ਪੰਜਾਬ 'ਚ ਬੈਠੇ ਆ ਉਹ ਸਾਡੇ ਬਾਈ ਸਾਡੀਆਂ ਬੀਬੀਆਂ ਭੈਣਾਂ ਬੱਚੇ ਵੀ ਇੱਥੇ ਆ ਜਾਣ ਅਗਲੀ ਗੱਲ ਅਸੀਂ ਇਹਨਾਂ ਯੋਧਿਆਂ ਨੂੰ ਇਸ ਜਜ਼ਬੇ ਨੂੰ ਸੰਭਾਲ ਕੇ ਰੱਖਣਾ ਇੱਕ ਇੱਕ ਬੰਦਾ ਸਾਡੇ ਲਈ ਕੀਮਤੀ ਆ ਤਾਂ ਹੁਣ ਲੀਡਰਸ਼ਿਪ ਦੀ ਇਹ ਜ਼ਿੰਮੇਵਾਰੀ ਬਣ ਜਾਂਦੀ ਆ ਵੀ ਇਸ ਜਿਹੜੀ ਸਾਰੀ ਸਾਡੀ ਇੱਕ ਯੋਧਿਆਂ ਦੀ ਫੌਜ ਆ ਇਸ ਫੌਜ ਨੂੰ ਆਪਾਂ ਕਿਵੇਂ ਅਗਵਾਈ ਦੇਈਏ ਅਤੇ ਇਹਨਾਂ ਨੂੰ ਕਿਵੇਂ ਸੁਰੱਖਿਅਤ ਵੀ ਰੱਖੀਏ ਤਾਂ ਕਿ ਕੋਈ ਸਾਨੂੰ ਅਣਸੁਖਾਵੀਂ ਗੱਲ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਅਸੀਂ ਬਹੁਤ ਲੜਾਈਆਂ ਲੜਨੀਆਂ ਹਜੇ ਤਾਂ ਸਾਡੀ ਜਿਹੜੀ ਇਹ ਲੜਾਈ ਆ ਇਹ ਸੰਘਰਸ਼ ਆ ਅਸੀਂ ਸ਼ੁਰੂ ਕੀਤਾ ਸੋ ਬਾਕੀ ਗੱਲਾਂ ਆਪਾਂ ਬਾਅਦ 'ਚ ਕਰਾਂਗੇ ਥੋੜ੍ਹਾ ਥੋੜ੍ਹੇ ਜਿਹੜਾ ਇਹ ਆਪਾਂ ਇਵੋਲਵ ਹੋ ਰਹੇ ਹਾਂ ਇਹ ਬ੍ਰੇਨਸਟੋਰਮ ਕਰਦੇ ਰਹਿੰਦੇ ਹਾਂ ਤੁਸੀਂ ਵੀ ਆਪਦੇ ਸੁਝਾਅ ਭੇਜੋ ਅਤੇ ਆਪਾਂ ਉਸ ਢੰਗ ਨਾਲ ਇਸ ਸੰਘਰਸ਼ ਨੂੰ ਅੱਗੇ ਵਧਾਈਏ ਲੜਾਈ ਬੜੀ ਬੜੀ ਫੈਸਲਾ ਕੋਨਾ ਵਾਟਰਲੂ ਆ ਹੈ ਨਾ ਇੱਥੋਂ ਬੜਾ ਕੁਛ ਨਿਕਲਣਾ ਅਤੇ ਫਿਰ ਸਿਜਦਾ ਤਾਂ ਹਮੇਸ਼ਾ ਹੀ ਇਹਨਾਂ ਰੂਹਾਂ ਨੂੰ ਕਰਦੇ ਹਾਂ ਜਿਨ੍ਹਾਂ ਨੇ ਸੰਘਰਸ਼ 'ਚ ਅੱਗੇ ਹੋ ਕੇ ਆਪਦੀਆਂ ਜਿਹੜੀਆਂ ਆਪਦਾ ਜਜ਼ਬਾ ਦਿਖਾਇਆ ਅਤੇ ਆਪਦੀਆਂ ਰੂਹਾਂ ਹੀ ਝੋਕਤੀਆਂ ਸੋ ਬੜਾ ਬਾ ਕਮਾਲ ਗੱਲ ਆ ਬਾ ਕਮਾਲ ਵਰਤਾਰਾ ਵਾਪਰ ਰਿਹਾ ਪਰ ਇਹ ਨਾ ਸੋਚੀਏ ਵੀ ਅਸੀਂ ਜਿੱਤੇ ਬੈਠੇ ਹਾਂ ਇਹ ਖਾਲਾ ਜੀ ਦਾ ਵਾੜਾ ਨਹੀਂ ਆ ਇੰਡੀਅਨ ਸਟੇਟ ਵੀ ਖਾਲਾ ਜੀ ਦਾ ਵਾੜਾ ਨਹੀਂ ਆ ਸੋ ਪਲੀਜ਼ ਇਹ ਨਾ ਸੋਚੀਏ ਵੀ ਅਸੀਂ ਜਿੱਤੀ ਬੈਠੇ ਹਾਂ ਇਸ ਗੱਲ 'ਤੇ ਨਾ ਰਹੀਏ ਵੀ ਅਸੀਂ ਤਾਂ ਫਿਰ ਅਸੀਂ ਖਤਾ ਖਾ ਜਾਂਗੇ ਹਜੇ ਕਿੱਥੇ ਗੱਲ ਖੜੀ ਆ ਇਹ ਹੌਲੀ ਹੌਲੀ ਆਪਾਂ ਪਰਤਾਂ ਖੁੱਲ੍ਹ ਕੇ ਬ੍ਰੇਨਸਟੋਰਮ ਕਰੀਏ ਗੱਲ ਨੂੰ ਸਮਝੀਏ ਕੋਈ ਇਹੋ ਜਿਹਾ ਐਕਸ਼ਨ ਨਾ ਕਰੀਏ ਇਹੋ ਜਿਹੀ ਕਾਲ ਨਾ ਦੇਈਏ ਵੀ ਸੰਸਦ ਘੇਰ ਲਓ ਜਾਂ ਅੱਗੇ ਤੁਰ ਪਓ ਇਹੋ ਜਿਹੀ ਕਾਲ ਨਾ ਦੇਈਏ ਹਜੇ
ਅਸੀਂ ਅਫੋਰਡ ਨਹੀਂ ਕਰ ਸਕਦੇ, ਅਸੀਂ ਇੰਡੀਅਨ ਸਟੇਟ ਨਾਲ ਮੱਥਾ ਲਾਈ ਬੈਠੇ ਹਾਂ ਹਜੇ, ਅਤੇ ਇੰਡੀਅਨ ਸਟੇਟ ਖਾਲਾ ਜੀ ਦਾ ਵਾੜਾ ਨਹੀਂ ਆ। ਪੰਜਾਬ ਨੇ ਹਜੇ ਤੱਕ ਬਹੁਤ ਸੋਹਣੀ ਅਗਵਾਈ ਕੀਤੀ ਆ, ਅਤੇ ਗਾਂਹ ਵੀ ਅਸੀਂ ਅਗਵਾਈ ਸੋਹਣੀ ਉਹ ਕਰਨੀ ਆ। ਇਸ ਕਰਕੇ ਜ਼ਿੰਮੇਵਾਰੀ ਨਾਲ ਅਸੀਂ ਜੰਗ 'ਚ ਬੈਠੇ ਹਾਂ, ਉਹਦੇ ਕੁਛ ਅਸੂਲ ਹੁੰਦੇ ਆ, ਅਤੇ ਇੱਥੇ ਲਗਾਤਾਰ ਸਿਚੁਏਸ਼ਨ ਬਦਲਦੀ ਆ। ਰਿਐਲਿਟੀ ਆ ਜਿਹੜੀ ਉਹ ਸਟੈਟਿਕ ਨਹੀਂ ਹੁੰਦੀ, ਉਹ ਮੂਵਿੰਗ ਹੁੰਦੀ ਆ, ਅਤੇ ਉਹ ਮਲਟੀ ਡਾਇਮੈਂਸ਼ਨਲ ਹੁੰਦੀ ਆ ਜਿਹੜੀ ਲਗਾਤਾਰ ਬਦਲਦੀ ਰਹਿੰਦੀ ਆ। ਸੋ ਇੰਨੀਆਂ ਕੁ ਗੱਲਾਂ ਆਪਾਂ ਕਰਨੀਆਂ ਸੀ ਤੁਹਾਨੂੰ ਟਾਈਮ ਟੂ ਟਾਈਮ ਲਾਈਵ ਹੋ ਕੇ। ਹੁਣ ਵੀ ਅਸੀਂ ਤੰਬੂ 'ਚ ਬੈਠੇ ਹਾਂ ਅਤੇ ਆਪਦੀ ਰਣਨੀਤੀ ਘੜੀ ਜਾਂਦੇ ਹਾਂ, ਲਾਈਵ ਹੋ ਕੇ ਗੱਲਾਂ ਬਾਤਾਂ ਆਪਾਂ ਕਰਦੇ ਰਹਾਂਗੇ। ਬਹੁਤ ਸਾਰਾ ਪਿਆਰ ਅਤੇ ਸਤਿਕਾਰ, ਜਿਉਂਦੇ ਵਸਦੇ ਰਹੋ। ਸਤਿ ਸ਼੍ਰੀ ਅਕਾਲ ਜੀ।